أعوذ بالله من الشيطان اللعين الرجيم بسم الله الرحمن الرحيم معطر کرو زبان رو رو کے کھڑیا دیا ناراض نہ تھی میں مری زخمی اما ناراض نہ تھی میں مری زخمی اما تے تڑی قبر چھنے دی پیاں ਖਲਾ ਰਾਤ ਰੋਂਦੀ ਮੈਡਾ ਆਬਦ ਬਚਣਾ ਜਾਂਦੀ ਸੰਗਤ ਕਰੇਂਦੀ ਪਈਆਂ ਮੋਬਾਈਲ ਬੰਦ ਰੱਖ ਸੋ ਨਿਆਜ਼ ਹੁਸੈਨ ਬਿਸਮਿਲ੍ਲਾ ਇਬਤਦਾਈ ਮਜਲਿਸੇ ਇਰਾਦਤ ਕੁਝ ਹੋ ਰਹੀ ਮਾਲਿਕ ਜ਼ਵਾਰ ਗੁਲਾਮ ਹੁਸੈਨ ਕੋ ਸਿਹਤ ਦੇਵੇ ਸਾਹਮਣਾ ਚਾਹੁੰਦਾ ਕਈ ਟਾਈਮ ਦਾ ਜਾਫਰੀ ਸਾਹਿਬ ਬੰਦ ਪੜ੍ਹੇ ਤ੍ਰੈ ਜ਼ਿੰਦਗੀ ਦੇ ਸਫ਼ਰ ਨੇ ਮੜੀ ਸੈਣ ਦੇ ਤ੍ਰੈ ਜ਼ਿੰਦਗੀ ਦੇ ਸਫ਼ਰ ਪਹਿਲਾ ਸਫ਼ਰ ਛੱਤਰੀ ਹਿਜਰੀ ਟੁਰੀ ਬਾਬੇ ਅਲੀ ਦੀ ਸ਼ਹੀ ਦੇਖਣ ਵਾਸਤੇ ਬਿਸਮਿਲ੍ਲਾ ਜ਼ਿੰਦਗੀ ਹੋਵੇ ਚਾਰ ਸਾਲ ਪੂਰੇ ਕੂਫੇ ਚ ਰਹੀਏ ਕੂਫੇ ਦੀਆਂ ਵਸਦੀਆਂ ਔਰਤਾਂ ਕੋ ਸ਼ਰੀਅਤ ਪੜ੍ਹੇਂਦੀ ਰਹੀਏ ਚਾਲੀ ਹਿਜਰੀ ਵਾਪਸ ਵੱਲੀ ਬਾਬਾ ਮਰਾ ਕੇ ਵੱਲੀ ਸੱਠ ਹਿਜਰੀ ਬਿਰਾਵਾਂ ਪੁੱਤਰਾਂ ਬੱਤਰੀ ਜੀਆਂ ਦੇ ਨਾਲ ਟੁਰੀ ਪੌਣੇ ਦੋ ਸਾਲ ਪੂਰੇ ਕਰਬਲਾ ਬਿਰਾ ਮਰਾ ਕੇ ਪੁੱਤਰ ਮਰਾ ਕੇ ਸ਼ਾਮ ਤਈ ਛੱਤਰੀ ਸ਼ਹਿਰ ਅਬੂਰ ਕੀਤੇ ਨੇ ਕੋਈ ਬੰਦਾ ਇਹੋ ਜਿਹਾ ਨਹੀਂ ਜੇ ਅੱਜ ਤਈ ਸਫ਼ਰ ਨਾ ਕੀਤਾ ਹੋਵੇ ਕੋਈ ਜਾਂ ਪਰਦਾ ਵਸਦਾ ਚਾਰ ਜਾਂ ਪੰਜ ਸਾਲ ਸਫ਼ਰ ਤੇ ਲੱਗਾ ਵਣੇ ਵਾਪਸ ਵੱਲੇ ਮੈਂ ਕੋ ਦਿਖਾਵੇ ਜੋ ਸਕੀ ਬੇਣ ਕੋ ਸੁਜਾਣੇ ਨਾ ਵਾਹ ਵਾਹ ਜ਼ਿੰਦਗੀ ਹੋਵੇ ਜ਼ਿੰਦਗੀ ਹੋਵੇ ਪੌਣੇ ਦੋ ਸਾਲ ਤੋਂ ਬਾਦਸ਼ਾਹ ਜੀ
ਜਿੰਨਾ ਤੇਰੀ ਡਾਡੀ ਵਾਪਸ ਵੱਲੀ ਐ ਮਿੰਬਰ ਦੀ ਕਸਮ ਐ ਹਨਫੀਆ ਦਾ ਗੜੇ ਕਿਹੜੀ ਐਨੇ ਚੋਂ ਮੜੀ ਜ਼ੈਨਬ ਵਾ 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 ਜ਼ਿੰਦਗੀ ਹੋਵੇ ਕੋਈ ਘਰ ਯੋਜਾ ਨਹੀਂ ਆਵੇ ਸੈਨ ਜੇ ਤੂੰ ਮੌਤ ਨਾ ਰੁਆਇਆ ਹੋਵੇ ਕਾਫੀ ਤੁਲਾਨੀ ਮਜ਼ਮੂਨ ਹੈ ਸੋਚਣ ਦਾ ਕਹਿਣਾ ਕਿੱਥੋਂ ਪੜ੍ਹਨਾ ਕਿੱਥੋਂ ਦਸਤੂਰ ਜ਼ਮਾਨੇ ਦਾ ਜਦੋਂ ਕਈ ਘਰ ਚ ਮੌਤ ਆਵੇ ਡੂ ਤੱਡੇ ਵਿਛਾਏ ਵੇਂਦਨ ਇੱਕ ਤੱਡਾ ਬਾਹਰ ਮਰਦਾ ਚਾਹੁੰਦਾ ਹੈ ਇੱਕ ਪਰਦਾਦਾਰ ਚਾਹੁੰਦਾ ਹੈ ਸ਼ਹੀਦਾਂ ਦੀ ਗੁਰਬਤ ਦਸਾਵਾਂ ਜਿੰਨਾ ਪੌਣੇ ਡੂ ਸਾਲ ਤੋਂ ਬਾਅਦ ਉੱਜਣ ਕਵਲੀਆਂ ਡੂ ਨਹੀਂ ਤਰਾਏ ਤੱਡੇ ਵਿਛਾਏ ਇੱਕ ਤੱਡਾ ਮਰਦਾ ਚੋਵਿਆ ਡੂ ਪਰਦਾਦਾਰ ਚੋਵਿਨ ਪਰਦਾਦਾਰ ਚ ਇੱਕ ਛਾਤ ਹੋਇਆ ਇੱਕ ਧੁੱਪ ਤੇ ਹੋਇਆ ਧੁੱਪ ਤੇ ਜਿਹੜਾ ਤੱਡਾ ਹੋਇਆ ਅਸਗਰ ਦੀ ਉਜੜੀ ਮਾਡੂ ਕਬਰਾਂ ਦੇ ਨਿਸ਼ਾਨ ਬਣਾ ਕੇ ਬੈਠੀ ਰਹੋਆ ਰੋ ਰੋ ਕੇ ਆਖਿਆ ਪੁੱਤਰ ਕਰ ਬਲਾ ਟਿਕਾਇਆ ਦੀਸ਼ਾ ਵਾਹ 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 ਜ਼ਿੰਦਗੀ ਬਿਸਮਿਲਲਾ ਜਿਹਨੇ ਡੂ ਤੱਡੇ ਪਰਦਾਦਾਰੇ ਚਾਇਨ ਇੱਕ ਤੱਡਾ ਧੁੱਪ ਤੇ ਛਾਤ ਜਿਹਨਾਂ ਧੁੱਪ ਤੇ ਹੋਇਆ ਅਸਗਰ ਦੀ ਮਾਂ ਡੂ ਕਬਰਾਂ ਦਾ ਨਿਸ਼ਾਨ ਬਣਾ ਬਵਿਆ ਰੋ ਰੋ ਕੇ ਆਖਿਆ ਅਸਗਰ ਤੂੰ ਤਮਾ ਘੁਮਾਈ ਨਾ ਹੋਵੇ ਸੜ ਸਕਦਾ ਤੂੰ ਤਾਂ ਬੋਲੀਆਂ ਹੀ ਨਾ ਹਵੇਂ ਬੋਲ ਸਕਦਾ ਅੱਜਾ ਮਦੀਨੇ ਦੇ ਵਸਦੇ ਲੋਕ ਪਰਚਾਵਣ ਵਾਸਤੇ ਆਉਂਦੇ ਪਏ ਆਏ ਨ ਰੱਜ ਕਰਕੇ ਫਿਰਾਵਾਂ ਤੇ ਪੁੱਤਰਾਂ ਦੀ ਮੁਕਾਨ ਨਹੀਂ ਛਲ ਸਕੀ ਯਾ ਸਜਾਤ ਨਿਗਾਹ ਪਈ ਇਸ ਜਾਫਰੀ ਸਾਹਿਬ ਜ਼ਮੀਨ ਛੋੜੀ ਇਸ ਪੁੱਤਰ ਦਾ ਮੂੰਹ ਡੇ ਕੇ ਰੋ ਕੇ ਮੂੰਹ ਚੁੰਮ ਕੇ ਆਦੀ ਹੈ ਤੂੰ ਜੋ ਵਤ ਰਤ ਵਧਰੋਂ ਵਤ ਕੋਈ ਨਵੀਂ ਸ਼ਾਮ ਹੈ ਸਜਾ ਦਾ ਦੇ ਮਾਂ ਸ਼ਾਮੀ ਆਏ ਅਦਨ ਸ਼ਾਮ ਚ ਮੁਬੱਲਗ ਦੀ ਲੋੜ ਹੈ ਜੈ ਵੇਲੇ ਮੁਬੱਲਗ ਦਾ ਨਾਮ ਸੁਣਿਆ ਇਸ ਪੁੱਤਰ ਦੀ ਮਸ ਚਮਕਿਆ ਦੀ ਤੂੰ ਰਤ ਰੋਕ ਮੈਂ ਕੋਈ ਸ਼ਾਮ ਦੇ ਮੋੜਾਂ ਦਾ ਪਤਾ ਹੈ ਆਦੀ ਉਹਨਾਂ ਗਲੀਆਂ ਦਾ ਪਤਾ ਹੈ ਬਾਜ਼ਾਰਾਂ ਦਾ ਪਤਾ ਹੈ ਨਿਰਵਾਰਾਂ ਦਾ ਪਤਾ ਹੈ ਸਜਾਤ ਜੀ ਅੰਮਾ ਮੇਰੇ ਕੋਲ ਦਿਸਦਾ ਹੈ ਮੇਰਾ ਜ਼ਿੰਦਗੀ ਦਾ ਆਖਰੀ ਸਫ਼ਰ ਆਲਮਾ ਗੈਰੇ ਮੁਲਮਾ ਜੋ ਹੈ ਆਦੀਆਂ ਹੈ ਸਜਾਦ ਕੁਝ ਲਾਜ਼ ਰੁਕਦਾ ਹੈ ਮੈਂ ਨਾਨੇ ਮੁਹੰਮਦ ਦੀ ਜ਼ਰੀ ਤੇ ਥੀ ਆਵਾਂ
ਮਾਂ ਜ਼ਹਰਾ ਕੁਹਾਨ ਲਾਵਾ ਬਿਰਾ ਹਸਨ ਦੀ ਕਬਰ ਦਾ ਬੋਸ ਗਿਨ ਸਜਾ ਦਦ ਠੀਕ ਨਾਨੇ ਦੀ ਕਬਰ ਕੁਹਾਨ ਲਾਇਸ ਨਬੀਆਂ ਦਾ ਸੁਲਤਾਨ ਨਾਨਾ ਦੀ ਦਾ ਸਲਾਮ ਹੋਵੀ ਨਾਨਾ ਟੁਰੀ ਵੈਂਦੀਆਂ ਮਜੀਂਦਾ ਵਲਣਾ ਕੋਈ ਨਹੀਂ ਨਾਨਾ ਮੇਰੇ ਹੱਕ ਦੁਆ ਫਰਮਾਵੇ ਵਤ ਮਸ਼ਾਮ ਪਈ ਵੈਂਦੀਆਂ ਨਾਨੇ ਦਾ ਸਲਾਮ ਕਰ ਮਾਂ ਦੀ ਕਬਰ ਤੇ ਇਵੇਂ ਆਈ ਮੁਕੱਦਮੀ ਇਨਜ਼ਾ ਕਰੀਵੇਂ ਪੜਦੇ ਆਏ ਪਾਸੇ ਨਾਲ ਆਓ ਕੇ ਸਮ ਗਈ ਹੈ ਜਿਵੇਂ ਮਾਵਾਂ ਦੀ ਗੋਦ ਬੱਚੇ ਸਮਦੇ ਨੇ ਝੋਲੀ ਬਣਾ ਧੀਆਂ ਦੇ ਪਰਦੇ ਆਵਣੀ ਮਾਂ ਦੀ ਕਬਰ ਤੇ ਬੋ ਸਕੀ ਦਸ ਕਬਰੇ ਬਤੂਲ ਹਲ ਗਈ ਹੈ ਸ਼ਰੀਫ ਦਰੋਂ ਕਮਰ ਤੀ ਮੜੀ ਸੈਣ ਬਾਹਰ ਰਹੀ ਆਲੀਆ ਜੀ ਅੰਮਾ ਕਿਨ ਤਿਆਰੀ ਆਈ ਅੰਮਾ ਵਤਨ ਛੁੜੇਂਦੀ ਪਈਆਂ ਮੇਰਾ ਬਚੜਾ ਕਿਨ ਵਹਿੰਦੀ ਪਈ ਪਹਿਲੇ ਡੂ ਜੁਮਲੇ ਤੋਂ ਅਗੂ ਯਾਦ ਉਸ ਬੰਜਰ ਪ੍ਰਣੈਮ ਤੀਜਾ ਜੁਮਲਾ ਪੜ੍ਹਨਾ ਚਾਹੁੰਦਾ ਅੰਮਾ ਸ਼ਾਮ ਪਈ ਵਹਿੰਦੀਆਂ ਸ਼ਾਮ ਹਾਂ ਅੰਮਾ ਸ਼ਾਮੀ ਆਏ ਨਾ ਦਿਨ ਮੁਬੱਲਿਗ ਦੀ ਲੋੜ ਹੈ ਅੰਮਾ ਵਤ ਸ਼ਾਮ ਤਬਲੀਗ ਤੇ ਪੀਵੇਂਦੀਆਂ ਮੜੀ ਸੈਣ ਧੀ ਦਮੋ ਚੁੰਮੇ ਮੜਾ ਬਚੜਾ ਇੱਥਾਂ ਹੀ ਟਿਕ ਪੋ ਤੋੜੇ ਜੰਨਾ ਤੁਲ ਬਕੀਆ ਚ ਕਬਰ ਬਣ ਪੋਸੀਆ ਮਾਂ ਕੁਹਾਨ ਨਾ ਲਾਇਸ ਮਾਂ ਦੀ ਅੱਖਾਂ ਤੇ ਬੋਸਾ ਦੇ ਕੇ ਰੋ ਰੋ ਕੇ ਆਦੀ ਖੜੀਏ ਨਹੀਂ ਕੈਦੀ ਵਤਨ ਤੇ ਦਫਨ ਥੀ ਦੇ ਤੈ ਹੂੰ ਮੁਲਕ ਤੇ ਵੈਦੀ ਪਈਆ ਵਾਹ 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 ਜ਼ਿੰਦਗੀ ਹੋਵੇ ਓ ਨਹੀਂ ਕੈਦੀ ਵਤਨ ਤੇ ਦਫਨ ਥੀ ਦੇ ਤੈ ਹੂੰ ਮੁਲਕ ਤੇ ਵੈਦੀ ਪਈਆ ਉਹ ਜਾਂਦੀ ਹਰ ਇੱਕ ਦੀਵਾਰ ਤੇ ਨਾ ਅਪਣਾਵਾ ਮੈਂ ਖੂਨ ਦੇ ਨਾਲ ਲਿਖਵਾਇਆ ਆਦੀ ਅੰਮਾ ਸ਼ਾਮ ਜੁਲਡੇ ਕੱਜਾ ਦੀਵਾਰ ਤੇ ਖੂਨ ਮੇਰਾ ਖੜੇ ਜ਼ਿੰਦਗੀ ਉਹ ਮਾਂ ਦਾ ਸਲਾਮ ਕਰਕੇ ਜਾਫਰੀ ਸਾਹਿਬ ਉਬਾਹਲੇ ਕਦਮ ਚਾਹ ਕੇ ਟੁਰਨ ਲੱਗੀ ਮੇਰੀ ਸੈਣ ਸੱਟ ਮਾਰੇ ਬਚੜਾ ਇਤਨੀ ਉਬਾਹਲੀ ਕਿਉਂ ਅੰਮਾ ਉਹਨੇ ਮਾਂ ਸਫਰਾਂ ਦਾ ਸਾਥੀ ਰਾਤ ਖੜਾ ਰੋਂਦਾ ਏ ਅੰਮਾ ਉਹਨੇ ਦੇਖ ਮੇਰੇ ਸਫਰਾਂ ਦੇ ਸਾਥੀ ਦਾ ਲਿਬਾਸ ਰੰਗੀਨ ਮਾਂ ਦੀ ਕਬਰ ਛੋੜ ਕੇ ਟੁਰ ਪਈ ਸ਼ਰੀਫ ਦਾ ਦਾਨਾ ਮਦੀਨੇ ਤੂੰ ਬਹਾਰਾ ਖੜੀ ਸਜਾ ਦਦ ਅੰਮਾ ਦੂਰ ਰਸਤੇ ਵਹਿੰਦੇ ਨੇ ਇੱਕ ਮਦੀਨੇ ਤੂੰ ਕਰਬਲਾ ਕਰਬਲਾ ਤੂੰ ਸ਼ਾਮ ਜਿਹੜਾ ਸਫ਼ਰ ਕਰ ਚੁੱਕੀ
ਵੀ ਅਡੂਝਾ ਸਿੱਧਾ ਸ਼ਾਮ ਜਿਵੇਂ ਸਜਾਦ ਆ ਕਿ ਨਾ ਡੂ ਰਸਤੇ ਵੰਦਨ ਕਰਬਲਾ ਵਾਲਾ ਰਸਤਾ ਪੁੱਤਰ ਦੀ ਡਾੜੀ ਚੁੰਮੀ ਇਸ ਇਵੇਂ ਠੱਡਾ ਸਾਹ ਭਰ ਕੇ ਹਸਰਤ ਨਾਲ ਪੁੱਛਦੀ ਏ ਡਸਾਂ ਮੜੀਆਂ ਬਿਰਾਵਾਂ ਦੀਆਂ ਕਬਰਾਂ ਬਣ ਲੱਗੀਆਂ ਹੁਸੈਨ ਮੈਡਾ ਹੁਸੈਨ ਵਸਦਾ ਨਾ ਪਿਆ ਹੋ ਸੀ ਵਾਹ ਵਾਹ ਮੈਡਾ ਗਾਜ਼ੀ ਦੀ ਕਬਰ ਬਣ ਗਈ ਹੋ ਸੀ ਕਰਬਲਾ ਪਹੁੰਚੀ ਤੇਰੀ ਇੰਤਜ਼ਾਰ ਮੁਕਾਵਾਂ ਹੁਸੈਨ ਦੀ ਕਬਰ ਦਾ ਬੋਸਾ ਗਿੱਦਸ ਬਿਰਾ ਦੀ ਕਬਰ ਤੇ ਬੋਸਾ ਜਿਵੇਂ ਲੜਿੱਤਸ ਭੈਣ ਦਾ ਸਲਾਮ ਹੋਵੀ ਕਬਰ ਹੁਸੈਨ ਹਲ ਗਈਏ ਓ ਬਿਸਮਿਲ੍ਲਾ ਕਬਰੇ ਹੁਸੈਨ ਹਲ ਗਈ ਕਮਰ ਤਈ ਹੁਸੈਨ ਬਾਹਰ ਅੰਮਾ ਦੀ ਜਈ ਕਿਨ ਤਿਆਰੀ ਆਈ ਵੀਰ ਸ਼ਾਮ ਪਵੇਂਦੀਆਂ ਸ਼ਾਮੀਆਂ ਇਹਨਾਂ ਦਿਨ ਮੁਬੱਲਕ ਦੀ ਲੋੜ ਹੈ ਤਬਲੀਗ ਵਾਸਤੇ ਪਵੇਂਦੀਆਂ ਦੁਆ ਕਰੇ ਸ਼ਾਲਾ ਮਸਜਿਦੀ ਵੱਲੋਂ ਵਾਹ 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 ਸ਼ਰੀਫ ਦਾ ਦਾਨਾ ਹੁਸੈਨ ਦੇ ਅੰਮਾ ਦੀ ਜਾਈ ਮਦੀਨੇ ਟਿਕ ਪਈਓ ਆ ਤੁਹਾਡੇ ਜੰਨਤੁਲ ਬਕੀਏ ਚ ਕਬਰ ਬਣ ਪੋਵੀ ਆ ਮਾਂ ਦੇ ਰੱਲੇ ਤਾਂ ਸਮ ਵੰਜਿਆ ਅਧੀਆਂ ਨਾ ਘਬਰਾ ਮਾਂ ਦੇ ਰੱਲੇ ਫਿਰਾ ਹਸਨ ਨਾਨਾ ਮੁਹੰਮਦ ਹੁਸੈਨ ਦੇ ਅੱਛਾ ਅੰਮਾ ਦੀ ਜਾਈ ਤੋੜੇ ਥਾਈ ਟਿਕ ਪੋ ਬੈਨੁਲ ਹਰਮੈਨ ਚ ਸਾਰੇ ਤਕਰੀਬਨ ਜ਼ਵਾਰ ਬੈਠੇ ਹੋ ਜਾਣਦੇ ਬੈਨੁਲ ਹਰਮੈਨ ਚ ਕਬਰ ਦਾ ਨਿਸ਼ਾਨ ਬਣ ਪੋਸੀ ਅਦੀ ਹੁਸੈਨ ਮਜਬੂਰੀ ਵੱਡੀ ਐ ਸ਼ਬੀਰਾ ਦਾ ਕਿਹੜੀ ਜਿਹੜੇ ਹੁਣ ਤੈ ਨਹੀਂ ਰੋ ਸਕੇ ਆਦੀ ਵੀਰ ਤੇਰੀ ਅਮਾਨਤ ਸ਼ਾਮ ਟਿਕਾਈਆਂ ਮੈਂ ਕੁਆ ਦੀ ਆਈ ਟੁਰਦੇ ਵਾਰੀ ਮੜੀ ਕਬਰ ਦਾ ਨਿਸ਼ਾਨ ਮਿਟਾ ਕੇ ਵੰਨੇ ਮੈਂ ਕੁਛ ਮੇਰ ਤੂੰ ਡਰ ਲੱਗਦਾ ਵਾਹ 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 ਸ਼ਰੀਫ ਦਾ ਦਾਨੋ ਬਿਸਮਿਲ੍ਲਾ ਸ਼ਾਮ ਆ ਪਹੁੰਚੀ ਆਪਣੀ ਜਾਗੀਰ ਦੇ ਬੰਨੇ ਤੇ ਇਹ ਜਨਾਬ ਜਾਫਰ ਤਿਆਰ ਨੇ 60,000 ਦਿਨਾਰ ਚ ਇਹ ਜ਼ਮੀਨ ਖਰੀਦ ਕੀਤੀ ਆਈ ਵਸਤੇ ਦੌਰ ਚ ਬਹੁਤ ਬੜਾ ਤਾਜਰ ਆਈ ਬੇਰਾ ਵੀ 60,000 ਦਿਨਾਰ ਚ ਆਪਣੀ ਜਾਗੀਰ ਕੀਤੀ ਇਸ ਤੱਕ ਅਕਬਰ ਸਮਾਇਸ ਭੈਣੀ 60,000 ਦਿਨਾਰ ਚ ਜਾਗੀਰ ਕੀਤੀ ਆਈ ਮੰਨੇ ਤੇ ਆ ਖੜੀ ਈ ਜਾਗੀਰ ਚ ਬਾਗ ਆਈ ਬਾਗ ਦੇ ਵਿੱਚ ਇੱਕ ਦਰਖਤ ਆਈ ਤਗਰ ਦਾ ਲਿਖ ਦਿਨ ਦਰਖਤ ਜੇ ਕੋਈ ਸ਼ਰੀ ਛੱਡਿਆ ਹੋਵੇ ਸਿਰ ਕੀ ਦੀਗਰ ਦੇ ਵੇਲੇ ਹੁੰਦੇ ਪੱਤੇ ਮੁਰਝਾ ਵੇਂਦਨ ਈ ਦਰਖਤ ਦੇ ਟਹਿਣੀਆਂ ਨਾਲ ਮੈਂ ਕੋ ਮਾਫ ਕਰੇ ਸੋ ਸੈਯਦ ਬੈਠੇ ਸ਼ਹਦਾ ਦੇ ਸਰ ਲਟਕ ਗਏ
ਜ਼ਾਕਿਰ ਤੁਹਾਡੇ ਡਰ ਤੋਂ ਪੜਦੇ ਨੇ ਜੋ ਸਾਂਘਾਂ ਰੱਖੀਆਂ ਗਈਆਂ। ਸਰ ਲਟਕੇ ਗਏ ਸੜ ਮਾਰ ਸਮਾ ਜੀ ਮਰ ਵਨੀ ਮਾ ਅਮਰੇ ਖਾ ਉਹ ਦਰਖਤ ਮੌਜੂਦ ਜਾਂ ਕੋਈ ਨਾ ਜਿਨ੍ਹਾਂ ਦੀਆਂ ਟਹਿਣੀਆਂ ਨਾਲ ਮੇਰੇ ਫਿਰਾਵਾਂ ਤੇ ਪੁੱਤਰਾਂ ਦੇ ਸਰ ਆਏ ਨਾ ਸ਼ਰੀਫ ਦਾ ਦਰੋ ਜਨਾਬ ਫਿਜ਼ਾਈ ਆ ਕੇ ਦੇਖੇ ਤਾਂ ਸਫੈਦ ਰੰਗ ਦੇ ਪੱਖੀ ਹਨ ਟਹਿਣੀਆਂ ਤੋਂ ਖੂਨ ਦੇ ਕਤਰੇ ਜ਼ਮੀਨ ਤੇ ਆਉਂਦੇ ਨੇ ਪੱਖੀ ਤਵਾਫ ਕਰਨ ਦੇ ਟੱਕਰਾਂ ਮਾਰ ਮਾਰ ਕੇ ਮਰਦੇ ਪੈਣ ਸੜ ਮਾਰੇ ਇਸ ਬੱਚੜਾ ਮਾਂ ਮਰ ਵਨੀ ਫਿਰਾ ਦਾ ਮੌਜਜ਼ਾ ਦੇਖ ਮੜੀ ਸੈਣ ਉਬਾਲੇ ਕਦਮ ਚਾ ਕੇ ਆਈ ਆ ਕੇ ਦੇਖੇ ਤਾਂ ਹਾਲਤ ਕਿਹੜੀ ਹੈ ਪੱਖੀ ਮਰਦੇ ਪੈਣ ਰੋ ਕੇ ਠੱਡਾ ਸਾ ਭਰ ਕੇ ਦਿਆ ਵੀਰ ਪੱਖੀ ਮਰਦੇ ਪੈਣ ਭੈਣ ਜੀਂਦੀ ਵਧੀ ਆਈ ਬਾਗ ਦਾ ਇੱਕ ਮਾਲੀ ਹੈ ਜਿਹਦੇ ਹੱਥ ਚ ਆਮਦਨ ਦੇ ਸਮਾਨ ਹੀ ਗੱਠੜੀ ਬਣਾਈ ਇਸ ਮੁਹੰਮਦ ਦੀ ਧੀ ਤੇ ਬਿਸਰ ਤੇ ਆ ਕੇ ਬਿਰਾਵਾਂ ਦੀ ਮੁਕਾਨ ਦਿੱਤੀ ਇਸ ਮੜੀ ਸੈਣ ਜ਼ਮੀਨ ਤੇ ਜਣੀਏ ਮੁੱਠੀ ਗੁਟੀਂਦੀਆਂ ਗਈਆਂ ਫਿਜ਼ਾ ਜੋਲੀ ਬਣਾਈਏ ਨਬਜ਼ਾ ਤੇ ਹੱਥ ਲਾ ਕੇ ਆਦੀਏ ਇੰਨਾ ਲਿਲਾਹ ਵਾ ਇੰਨਾ ਇਲਾਹ ਰਾਜੋਂ ਸਜਾਦ ਜਲਦੀ ਆ ਸਫਰਾਂ ਦੀ ਸਾਥੀ ਮਰ ਗਈ ਆਈ ਵਾਹ 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 ਜ਼ਿੰਦਗੀ ਦੋ ਜਾਂ ਚਾਰ ਮਿੰਟ ਇਜਾਜ਼ਤ ਹੋਵੇ ਤਾਂ ਸ਼ਰੀਫ ਦਾ ਦਾਨੋ ਵਸਦੇ ਘਰਾਂ ਦੇ ਬਾਲ ਛੋੜੋ ਨਾ ਪਰਦੇ ਦਾ ਇੰਤਜ਼ਾਮ ਇੰਨਾ ਮਾਜੂਰੀ ਦੁੱਲਾ ਦੇ ਮਿਸਤਾਕ ਗੁਸਲ ਦੀ ਲੋੜ ਨਹੀਂ ਲੇਕਿਨ ਤੁਹਾਨੂੰ ਸਾਕੂ ਨਾ ਤਰੀਕਾ ਸਮਝਾਏ ਅਮਾਰੀ ਨੂਰ ਦੀ ਲੱਥੀ ਉਹ ਸੀ ਮੈਂ ਤਵੇਂ ਆਦਾ ਹੋਰਾਂ ਨੇ ਜੰਨਤ ਆਈ ਉਹ ਹਸਨ ਲੇਕਿਨ ਮੁਕੱਦਮੀਨ ਜ਼ਾਕਿਰ ਮੈਂ ਪੜਦੇ ਆਏ ਨੇ ਬਾਕਿਰ ਤੇ ਸਜਾਦ ਟੁਰੇ ਪਾਣੀ ਦੂਰੋਂ ਘਿੰਨ ਆਏ ਦੀਗਰ ਦਾ ਵੇਲਾ ਹੀ ਗੁਸਲ ਸ਼ੁਰੂ ਹੋਏ ਜੈਵਲੇ ਆਸ਼ਾ ਦੀਆਂ ਆਜ਼ਾਨਾਂ ਹੋ ਗਈਆਂ ਸਜਾਦਾ ਦੇ ਅੰਮਾ ਇਤਨੀ ਦੇਰ ਕਿਉਂ ਪੀ ਲੈਂਦੀ ਮੂੰਹ ਤੇ ਮਾਤਮ ਕਰਕੇ ਆਦੀਏ ਕਿਆ ਕਰਾਂ ਅੱਜ ਕੰਡ ਤੂੰ ਚੋਲਾ ਨਹੀਂ ਛੁੱਟਦਾ ਵਾਹ 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 ਹੋ ਗਿਆ ਗੁਸਲ ਗੁਸਲ ਤੋਂ ਬਾਅਦ ਕਿਹੜੀ ਸ਼ੈ ਦੀ ਲੋੜ ਦੱਸਾਓ ਨਾ ਕਫਨ ਕੰਬਦੇ ਉਹ ਹੱਥ ਬਾਹਰ ਆਏ ਨਾ ਬੱਚੜਾ ਕਫਨ ਡੇ ਸਜਾਦਾ ਦਾ ਖੜੇ ਮੈਂ ਗਰੀਬ ਆਦੀ ਮੇਰਾ ਬੱਚੜਾ ਕੋਈ ਵਤਨ ਹੋਵੇ ਜਾਂ ਬੇਵਤਨ ਮਰੇ ਕਫਨ ਪੇ ਕੇ ਘਰ ਦਾ ਦਿੱਤਾ ਵੇਂਦਾ ਹੈ ਸਜਾਦ ਅਬਾਲੇ ਪਾਸੇ ਡਿੱਠਾ ਹੈ ਅਬਾਲ ਹਾਈਐਸ ਦੋ ਸਾਲ ਦੀ ਧੂੜ ਪੂੰਜੀ ਐਸ ਹੱਥ ਵਧਾ ਕੇ ਆਦੇ ਡਾਡੀ ਕਫਨ ਬਣ ਪੋਸੀਆ ਮੜੀ ਮਾਂ ਕੋ ਆਖੇ ਮੜੀ ਗੁਰਬਤ ਦੀ ਸ਼ਿਕਾਇਤ ਨਾ ਕਰੇ ਸੀ ਕਫਨ ਪਵਾ ਬੈਠੀ ਕਫਨ ਦੇ ਬਾਅਦ ਮਈਅਤ ਦੇ ਚਾਵਣ ਵਾਸਤੇ ਕਿਹੜੀ ਸ਼ੈ ਦੀ ਲੋੜ ਚਾਰ ਪਾਈ ਦੀ ਨਾ ਚਾਰ ਪਾਈ ਘਿੰਨਾ
ਸਜਾਦ ਰੋਂਦਾ ਰੋਂਦਾ ਮਿੱਟੀ ਤੇ ਬੈਠੇ ਬਾਕਰ ਦੇ ਹੱਥ ਤੇ ਬੋ ਸਗੀਦੇ ਅਧਿਆ ਜੁਲਦੇ ਆਈ ਬਾਗ ਚ ਕੋਈ ਲੱਕੜੀਆਂ ਜਮ੍ਹਾਂ ਕਰੇਂਦੇ ਮੁਕੱਦਮੀਨ ਜ਼ਾਕਰੀ ਮੈਂ ਪੜਦਿਆਂ ਨੂੰ ਲਮਾਈ ਮੈਂ ਲਗਾਇਨ ਚਾਰ ਲੱਕੜੀਆਂ ਘਿੰਨਨ ਪਿਊ ਤੇ ਪੋਥਰ ਅਠਾਰਾਂ ਬਿਰਾਵਾਂ ਦੀ ਭੈਣ ਦਾ ਮਈਆਤ ਉਹਨਾਂ ਚਾਰ ਪਾਈ ਤੇ ਰੱਖਾਂ ਸ਼ਰੀਫ ਦਾ ਦਰਾਓ ਹੁਣ ਵਤ ਮਈਆਤ ਦੇ ਚਾਵਣ ਵਾਸਤੇ ਮਰਦਾਂ ਦੀ ਲੋੜ ਆਉਂਦੀ ਸੱਜਾਦ ਕਈ ਵੇਲੇ ਖੱਬੇ ਡੇਦਾ ਕਈ ਵੇਲੇ ਸੱਜੇ ਕੋਈ ਹੋਵੇ ਚਮਾਵਣ ਵਾਲਾ ਜ਼ਹਰਾ ਦੀ ਕਨੀਜ਼ ਮਿੱਟੀ ਛੋੜੀ ਐ ਪੁੱਤਰ ਦੇ ਹੱਥ ਤੇ ਬੋ ਸੜੇ ਕਹਿ ਦੀਏ ਦਸਾਂ ਅਗਲੇ ਪਾਵੇ ਤੁਸਾਂ ਚਾ ਗਿਣ ਸੋਈਆਂ ਕੋਇਨ ਸੱਜਾ ਦਾ ਦੇ ਡਾਡੀ ਚਾ ਗਿਣ ਸੁ ਅੱਜ ਨਾ ਘਬਰਾ ਪਿਛਲੇ ਪਾਵੇ ਮੈਂ ਚਵੇਂ ਦੀ ਆ ਓ ਮੇਰੇ ਸਫਰਾਂ ਦੀ ਸਾਥੀ ਐ ਓ ਮੈਂ ਕੁਮਾ ਸੜੇ ਦੀ ਆਈ ਵਾਹ ਵਾਹ ਜ਼ਿੰਦਗੀ ਸ਼ਰੀਫ ਦਾ ਦਨੋ ਪਿਓ ਤੇ ਪੁੱਤਰ ਅਗਲੇ ਪਾਵੇ ਚਵਾਏ ਪਿਛਲੇ ਪਾਸੋਂ ਜਨਾਬੇ ਫਿਜ਼ਾ ਚਵਾਏ ਚੰਦ ਕਦਮਾਂ ਦੇ ਫਾਸਲੇ ਤੇ ਪਹੁੰਚਣ ਖੱਟੀ ਖਟਾਈ ਕਬਰ ਮਿਲੀ ਸਜਾਦ ਮਾਦ ਮਈਅਤ ਰੱਖੇ ਸੁਚੇ ਦਾ ਖੜਾਏ ਅੰਮਾ ਜ਼ਈਫੇ ਬਾਕਰ ਦਾ ਸਨ ਛੋਟਾ ਅੰਦਰ ਕੌਣ ਮਈਅਤ ਘਿਨਸੀ ਅੱਜ ਨਾ ਘਬਰਾ ਕਰਬਲਾ ਲਿਆ ਕੁਸਰ ਮਾਰ ਸਜਾਦ ਕਰਬਲਾ ਦਮੂ ਕੀਤਾ ਦੇ ਬਾਬਾ ਸਫਰਾਂ ਦੀ ਸਾਥੀ ਬੇਣ ਮਰ ਗਈ ਹੁਸੈਨ ਕਰਵਟ ਤਬਦੀਲ ਕੀਤੀ ਹੈ ਅਕਬਰ ਦੇ ਸੀਨੇ ਤੇ ਬੋਸਾ ਦਿੱਤਾ ਹੈ ਰੋ ਰੋ ਕੇ ਪਿਆ ਤੇ ਉੱਠੀ ਛੋੜ ਮਜ਼ਾਰ ਨਾਲ ਸ਼ਾਮ ਜੁਲਾਏ ਤੇ ਮੇਰੇ ਨਾਨੇ ਦੀ ਤਸਵੀਰ ਅੰਮਾ ਮਰ ਗਈ ਹਈ ਹੈ ਵਾ ਸ਼ਾਮ ਦੇ ਵਿੱਚ ਲੈਲਾ ਦਾ ਬਦਲ ਮੁਨੀਰੇ ਉਹ ਕਿਹੜਾ ਸ਼ਾਮ ਦੇ ਬਾਹਰੋਂ ਹੱਕ ਲਾਣੇ ਲੈ ਬਸ ਵੀ ਸ਼ਰੀਫ ਦਾ ਦਾਨੋ ਸੱਜਾ ਦਾ ਸਰ ਮਰਨਾ ਇੱਕ ਮਿੰਟ ਤੋਂ ਬਾਅਦ ਆਵਾਜ਼ ਆਈ ਮਈਅਤ ਮੈਂ ਕੁੜੇ ਆਵਾਜ਼ ਆ ਕੌਣ ਹੌਲੇ ਹੌਲੇ ਆਵਾਜ਼ ਆਈ ਤੇਰਾ ਨਾਨਾ ਮੁਹੰਮਦ ਵਤ ਆਵਾਜ਼ ਆਈ ਮੈਂ ਕੁੜੇ ਕੌਣ ਆ ਤੇਰਾ ਬਾਬਾ ਲੀਆ ਵਤ ਆਵਾਜ਼ ਆਈ ਮੈਂ ਕੁੜੇ ਮੈਂ ਹਸਨ ਅਮੀਰਾ ਵਤ ਆਵਾਜ਼ ਆਈ ਮੈਂ ਕੁੜੇ ਅਦੇ ਕੌਣ ਅਦੇ ਨਾ ਘਬਰਾ ਮੈਂ ਗਰੀਬ ਮੈਂ ਤੇਰਾ ਬਾਬਾ ਹੁਸੈਨ ਸ਼ਰੀਫ ਦਾ ਦਰੋ ਸਜਾਦ ਮਈਅਤ ਦਿੱਤੇ ਮਤ ਆਵਾਜ਼ ਆਈ ਮੈਂ ਅਕਬਾਰਾ ਮੈਂ ਕਾਸਿਮ ਰੋਵਣ ਦੀ ਆਵਾਜ਼ ਥੋੜੀ ਜਿਹੀ ਦੇਰ ਤੋਂ ਬਾਅਦ ਸਜਾਦ ਰਿਠਾਏ ਪੁੱਪੀ ਕੋ ਕਬਰ ਚੈਨ ਕੋਈ ਨਹੀਂ ਅਦੇ ਸਜਾਦ ਅਦੇ ਫੁੱਫੀ ਅੰਮਾ ਖੈਰ ਤਾਂ ਹੈ ਸੱਜੇ ਖੱਬੇ ਕਿਆ ਦੇ ਦਿਓ ਅੱਜ ਮੈਂ ਬਚੜਾ ਏ ਦਸਾ ਸਾਰੇ ਆਏ ਸਜਾਦ ਅਦੇ ਹਾਉਡ ਡੇਕ ਉਹ ਨਾਨਾ ਮੁਹੰਮਦ ਖੜਾ ਰੋਂਦਾ ਈ ਉਹ ਬਾਬਾ ਅਲੀ ਆਈ ਉਹ ਮਾ ਜ਼ਹਰਾ ਆਈ ਉਹ ਚਾਚਾ ਹਸਨ ਆਈ ਉਹ ਬਾਬਾ ਹੁਸੈਨ ਆਈ ਉਹ ਅਕਬਰ ਕਾਸਿਮ ਮਤਮਣੀ ਸੈਨਾ ਦੀ ਏ ਦਸਾ ਸਾਰੇ ਆਏ ਸਜਾਦ ਅਦੇ ਕਹਿੰਦਾ ਪੁੱਛਣਾ ਚਾਹੁੰਦੀ ਰੋ ਰੋ ਕਹਿ ਦੀ ਉਹ ਕਿਉਂ ਨਹੀਂ